ਹਾਂਜੀ ਕੰਬੋਜ ਰეკਡ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੁਹਾਡੇ ਸਾਰਿਆਂ ਦਾ ਸੁਆਗਤ ਕਰਦੇ ਹਾਂ ਤੇ ਇਸ ਵੀਡੀਓ ਵਿੱਚ ਆਪਾਂ ਕਰਨੌਂ ਜ਼ਿਲ੍ਹੇ ਤੇ ਸਿੱਧੂ ਮੂਸੇਵਾਲੇ ਬਾਰੇ ਗੱਲ ਕਰਾਂਗੇ ਤੇ ਪੂਰੀ ਇਨਫੋਰਮੇਸ਼ਨ ਲਈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹਾਂਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਰਨੌਂ ਜ਼ਿਲ੍ਹਾ ਦੀ ਪੂਰੀ EP 10 ਮਈ ਨੂੰ ਰਿਲੀਜ਼ ਹੋਣੀ ਹੈ ਪਰ ਉੱਥੇ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਕਿ ਅੱਜ ਹੀ ਰੂਪਨ ਬਲਦੇ ਵੱਲੋਂ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਸੀ ਜਿਸ ਦੀ ਕੈਪਸ਼ਨ ਵਿੱਚ ਲਿਖਿਆ ਗਿਆ ਸੀ ਕਿ ਮੀਨਵਾਈਲ ਕ੍ਰੀਏਟਿੰਗ 10 ਮਈ ਵੇਅ ਹੈਡ ਜਿਸ ਦਾ ਮਤਲਬ ਇਹ ਹੈ ਕਿ Wearhead EP ਦੇ ਕਿਸੇ ਗਾਣੇ ਦੀ ਵੀਡੀਓ ਤੇ ਕੰਮ ਚੱਲ ਰਿਹਾ ਹੈ ਜੋ ਕਿ ਸ਼ਾਇਦ 10 ਮਈ ਨੂੰ ਪੂਰੀ EP ਦੇ ਨਾਲ ਰਿਲੀਜ਼ ਹੋ ਸਕਦੀ ਹੈ ਇਸ ਤੋਂ ਇਲਾਵਾ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਕਿ ਦੀਪ ਰਿਹਾਨ ਦੇ ਵੱਲੋਂ ਵੀ ਵਾਈ ਜੀ ਦੇ ਨਾਲ ਇੰਸਟਾਗ੍ਰam ਉਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਸੀ ਜਿਸ ਦੀ ਕੈਪਸ਼ਨ ਵਿੱਚ ਲਿਖਿਆ ਗਿਆ ਸੀ Wearhead 10 ਮਈ ਜਿਸ ਤੋਂ ਬਾਅਦ ਹੁਣ ਇਹੀ ਲੱਗ ਰਿਹਾ ਹੈ ਕਿ 10 ਮਈ ਨੂੰ ਕਰਨੌਂ ਜਿਲ੍ਹਾ ਦੇ ਵਾਈ ਜੀ ਦੇ ਕਲਾਪ ਸੌਂਗ ਦੀ ਵੀਡੀਓ ਰਿਲੀਜ਼ ਹੋ ਸਕਦੀ ਹੈ ਬਾਕੀ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਮਾਦਿਆਂ ਆਪਣੀ ਅਗਲੀ ਅਪਡੇਟ ਵੱਲ ਹਾਂਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਕਿ ਸਿੱਧੂ ਮੂਸੇਵਾਲੇ ਦੀ ਇਲੈਕਸ਼ਨ ਵਿੱਚੋਂ ਹੋਈ ਹਾਰ ਤੋਂ ਬਾਅਦ ਇੱਕ ਸਿੰਗਰ ਜਿਸ ਦਾ ਨਾਮ ਹੈ ਮਨਪ੍ਰੀਤ ਮੰਨਾ ਇਸ ਦੇ ਵੱਲੋਂ ਸਿੱਧੂ ਮੂਸੇਵਾਲੇ ਨੂੰ ਬਹੁਤ ਸਾਰੇ ਰਿਪਲਾਈ ਕੀਤੇ ਗਏ ਸੀ ਜਿਸ ਤੋਂ ਬਾਅਦ ਹੁਣ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਕਿ ਕੱਲ ਫਿਰ ਮਨਪ੍ਰੀਤ ਮੰਨਾ ਦੇ ਵੱਲੋਂ ਇੰਸਟਾਗ੍ਰam ਉੱਤੇ ਇੱਕ ਸਟੋਰੀ ਸ਼ੇਅਰ ਕੀਤੀ ਗਈ ਸੀ ਜਿਸ ਵਿੱਚ ਕਰਨ ਊਜਲਾ ਦੇ ਹੁਕਮ ਗਾਣੇ ਦੀਆਂ ਲਾਈਨਾਂ ਲਿਖੀਆਂ ਗਈਆਂ ਸੀ ਜਿਹੜੇ ਬੰਦੇ ਸਾਨ ਸਾਲੇ ਮੈਂ ਉਹਨਾਂ ਨਾਲ ਹੀ ਪੀੜਾ ਕੁੜੇ ਇਸ ਤੋਂ ਬਾਅਦ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਇਸ ਸਟੋਰੀ ਦੇ ਨਾਲ ਸਿੱਧ ਕਿਉਂਕਿ ਕਰਨ ਉਜਲਾ ਦੇ ਵੱਲੋਂ ਵੀ ਇਸ ਲਾਈਨ ਦੇ ਨਾਲ ਆਪਣੇ ਗਾਣੇ ਵਿੱਚ ਸਿੱਧੂ ਮੂਸੇਵਾਲੇ ਨੂੰ ਹੀ ਰਿਪਲਾਈ ਕੀਤਾ ਗਿਆ ਸੀ ਬਾਕੀ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੋ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਤੇ ਕਰਨ ਉਜਲਾ ਤੇ ਸਿੰਘੇ ਵਾਲੀ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ ਲਿੰਕ ਤੇ ਕਲਿੱਕ ਕਰਕੇ ਵੀਡੀਓ ਨੂੰ ਚੈੱਕ ਜਰੂਰ ਕਰਿਓ ਚੰਗਾ ਜੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਥੈਂਕ ਯੂ